ਸਾਡੇ ਹਲਕੇ ਦੇ ਐਮਐਲਏ ਮਾਨਯੋਗ ਕੁਮਨ ਸਾਹਿਬ ਜੀ ਦੇ ਰਹਿਨਮਾਈ ਹੇਠ ਜੋ ਇੱਕ ਨੈਕਸਸ ਪਿਛਲੇ ਸਮੇਂ ਦੌਰਾਨ ਸਾਡੇ ਬੱਸ ਸਟੈਂਡ ਦਾ ਔਰ ਸਾਈਕਲ ਸਟੈਂਡ ਦਾ ਚੱਲਦਾ ਆ ਰਿਹਾ ਸੀ ਉਹਨੂੰ ਬੜੀ ਹੀ ਅਸੀਂ ਵਧੀਆ ਤਰ੍ਹਾਂ ਲੀਗਲ ਲੜਾਈ ਲੜ ਕੇ ਉਹਨੂੰ ਤੋੜਿਆ ਹੈ ਅਤੇ ਤੋੜ ਕੇ ਜਿਹੜੀ ਇਹਨਾਂ ਦੋਨਾਂ ਦੀ ਅਸੀਂ ਪਿਛਲੇ ਸਾਲ ਅਤੇ ਇਸ ਸਾਲ ਖੁੱਲ੍ਹੀ ਬੋਲੀ ਕੀਤੀ ਹੈ ਜਿਸ ਨਾਲ ਸਰਕਾਰ ਨੂੰ ਕਾਫੀ ਆਮਦਨ ਹੋਈ ਹੈ ਅਤੇ ਇਸ ਬਾਰੇ ਡਿਟੇਲ 'ਚ ਐਮਐਲਏ ਸਾਹਿਬ ਤੁਹਾਨੂੰ ਜਾਣੂ ਕਰਾਉਣਗੇ ਅਤੇ ਅਸੀਂ ਅੱਗੋਂ ਵੀ ਇਹ ਵਿਸ਼ਵਾਸ ਦਵਾਉਂਦੇ ਹਾਂ ਕਿ ਇੱਦਾਂ ਦੇ ਜਿਹੜੀਆਂ ਵੀ ਕੋਈ ਦਿੱਕਤਾਂ ਜਾਂ ਕੁਛ ਪਹਿਲਾਂ ਇਹ ਨੈਕਸਸ ਚੱਲਦੇ ਆ ਰਹੇ ਹੈ ਇਹ ਸਰਕਾਰ ਬਦਲਣ ਤੋਂ ਬਾਅਦ ਇਹ ਨਾ ਤਾਂ ਭਵਿੱਖ ਵਿੱਚ ਚੱਲਣਗੇ ਅਤੇ ਨਾ ਹੀ ਕੋਈ ਇਹੋ ਜਿਹਾ ਗਲਤ ਕੰਮ ਕਰਨ ਦਿੱਤਾ ਜਾਏਗਾ। ਦੇਖੋ ਇਹ ਸਾਡੀਆਂ ਸੰਮਤੀਆਂ ਹੈਗੀਆਂ, ਇਲੈਕਟਡ ਬੋਡੀਜ਼ ਹੈ, ਇਹਨਾਂ ਦਾ ਵੀ ਬੜਾ ਵੱਡਾ ਰੋਲ ਹੈ। ਅਗਰ ਇਹ ਆਪਣਾ ਇਲੈਕਟਡ ਬੋਡੀਆਂ ਚੰਗੀ ਤਰ੍ਹਾਂ ਰੋਲ ਅਦਾ ਕਰਦੀਆਂ ਤਾਂ ਸ਼ਾਇਦ ਇਹ ਇਨਕਰੀਜ਼ ਅੱਜ ਤੋਂ 10 ਸਾਲ ਪਹਿਲਾਂ ਤੋਂ ਆਉਣੀ ਚਾਹੀਦੀ ਸੀ। ਪੋਲੀਟੀਕਲ ਜਿਹੜੀਆਂ ਸਾਡੀਆਂ ਸਰਕਾਰਾਂ ਹੈ ਉਹਨਾਂ ਨੂੰ ਇਸ ਚੀਜ਼ ਨੂੰ ਚੰਗੀ ਤਰ੍ਹਾਂ ਵੇਖਦੇ ਅਤੇ ਇਹ ਇਨਕਰੀਜ਼ ਅੱਜ ਤੋਂ 10 ਸਾਲ ਪਹਿਲਾਂ ਤੋਂ ਆਉਣੀ ਚਾਹੀਦੀ ਸੀ। ਇਹ ਕਿਉਂ ਇਹ 2 ਸਾਲ 'ਚ ਹੋਇਆ? ਕਿਉਂਕਿ ਸਰਕਾਰ ਦੀ ਮੰਸ਼ਾ, ਸਾਡੇ ਮੰਤਰੀ ਸਾਹਿਬ ਦੀ ਮੰਸ਼ਾ ਅਤੇ ਸਾਡੇ ਐਮਐਲਏ ਸਾਹਿਬ ਮੰਸ਼ਾ ਬੜੀ ਕਲੀਅਰ ਅਤੇ ਸਾਫ਼ ਹੈ ਕਿ ਕੋਈ ਵੀ ਗਲਤ ਤਰ੍ਹਾਂ ਦੀ, ਕੋਈ ਵੀ ਗਲਤ ਗੱਲ ਅਸੀਂ ਇੱਥੇ ਬਰਦਾਸ਼ਤ ਨਹੀਂ ਕਰਾਂਗੇ। ਇਸ ਕਰਕੇ ਹੀ ਅਸੀਂ ਇਹ ਲੜਾਈ ਲੜ ਕੇ ਅੱਜ ਜਿੱਤੇ ਹਾਂ ਅਤੇ ਜਿੱਤ ਕੇ ਜਿਹੜੀ ਇਹ ਸਾਡੀ ਇਨਕਰੀਜ਼ ਵਧੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਣੇ ਪ੍ਰੈਸ ਵਾਲੇ ਜਿੰਨੇ ਵੀ ਵੀਰ ਆ ਉਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਇੱਥੇ ਪਹੁੰਚੇ ਹੋ। ਅੱਜ ਦੀ ਜਿਹੜੀ ਤੁਹਾਨੂੰ ਬੁਲਾਉਣ ਦਾ ਮੁੱਖ ਮਕਸਦ ਹੈ ਕਿ ਕੱਲ੍ਹ ਸਾਡੇ ਦਸੂਹਾ ਸ਼ਹਿਰ ਵਾਸਤੇ, ਦਸੂਹਾ ਹਲਕੇ ਵਾਸਤੇ ਇੱਕ ਬੜਾ ਵੱਡਾ ਦਿਨ ਸੀਗਾ, ਕਿਉਂਕਿ ਕੱਲ੍ਹ ਜਿਹੜੀ ਬਲਾਕ ਸੰਮਤੀ ਵੱਲੋਂ ਬੱਸ ਸਟੈਂਡ ਦੀ ਪਰਚੀ ਦੀ ਬੋਲੀ ਕਰਵਾਈ ਗਈ ਹੈ ਔਰ 2018 ਤੋਂ ਬਾਅਦ ਬੜੇ ਲੰਬੇ ਸਮੇਂ ਬਾਅਦ ਇਹ ਬੋਲੀ ਹੋਈ ਹੈ। ਇੱਕ ਟਾਈਮ 2021-22 ਦੇ ਵਿੱਚ, 2021 ਦੇ ਵਿੱਚ ਇਹਦੀ ਬੋਲੀ ਹੋਈ ਸੀ ਔਰ ਉਸ ਤੋਂ ਬਾਅਦ ਇਹ ਲਗਾਤਾਰ ਹੀ, ਜੋ ਵੀਡੀਓ ਸਾਹਿਬ ਨੇ ਦੱਸਿਆ ਕਿ ਨੈਕਸਸ ਚੱਲਦਾ ਆ ਰਿਹਾ ਸੀਗਾ, ਕੋਈ ਜਿੰਨੇ ਕੋਈ ਸੰਮਤੀ ਦੇ ਵਿੱਚ ਮੈਂਬਰ ਸਾਹਿਬਾਨ ਨੇ ਜਾਂ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਦੌਰਾਨ ਜਾਂ ਠੇਕੇਦਾਰਾਂ ਦੇ ਦੌਰਾਨ, ਉਹਨਾਂ ਨੂੰ ਦੂਰ ਕਰਨ ਵਾਸਤੇ ਅਸੀਂ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਔਰ ਜਿਹੜੀ ਕੱਲ੍ਹ ਬਲਾਕ ਸੰਮਤੀ ਵੱਲੋਂ, ਵੀਡੀਓ ਸਾਹਿਬ ਵੱਲੋਂ, SDM ਸਾਹਿਬ ਵੱਲੋਂ ਬੋਲੀ ਕਰਵਾਈ ਗਈ ਹੈ ਉਹਦੇ ਵਿੱਚ ਇੱਕ ਤਾਂ ਸਭ ਤੋਂ ਵੱਡੀ ਗੱਲ ਹੋਈ ਕਿ ਬਿਲਕੁਲ ਪਾਰਦਰਸ਼ਤਾ ਦੇ ਨਾਲ ਬੋਲੀ ਹੋਈ ਹੈ ਔਰ ਹਰ ਇੱਕ ਬੰਦੇ ਨੂੰ, ਬੋਲੀਕਾਰ ਨੂੰ ਇਹ ਖੁੱਲ੍ਹ ਸੀਗੀ ਕਿ ਵੀ ਤੁਸੀਂ ਜਿੰਨੇ ਮਰਜ਼ੀ ਅਮਾਊਂਟ ਤੱਕ ਬੋਲੀ ਦੇ ਸਕਦੇ ਹੋ। ਔਰ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਪਿਛਲੇ ਜਿਹੜੇ ਜੇ 5 ਸਾਲ ਦੇ, ਮੈਂ ਤੁਹਾਨੂੰ ਰਿਟਰਨ ਦੇ ਵਿੱਚ ਵੀ ਆਪਾਂ ਦੇ ਦਿਆਂਗੇ ਔਰ ਕੱਲ੍ਹ ਜਿਹੜੀ ਬੋਲੀ ਹੋਈ 1.2 ਕਰੋੜ ਰੁਪਏ ਦੀ ਬੱਸ ਸਟੈਂਡ ਦੀ ਪਰਚੀ ਦੀ ਬੋਲੀ ਹੋਈ ਹੈ ਔਰ ਜਿਹੜੇ ਪਿਛਲੇ 2018 ਤੋਂ ਬਾਅਦ ਜਿਹੜੀ ਹੁਣ 5 ਸਾਲ ਦੇ ਵਿੱਚ ਜਿਹੜੀ ਉਹ ਤੋਂ ਵਾਧਾ ਕਿੰਨਾ ਆਪਣਾ ਤਕਰੀਬਨ 47 ਲੱਖ ਰੁਪਏ ਦਾ ਵਾਧਾ ਸਾਡਾ ਇਹ ਹੋਇਆ। ਸੋ ਬੜੀ ਇੱਕ ਮੈਂ ਕਹਿ ਸਕਦਾ ਕਿ ਸਰਕਾਰ ਦੀ ਬੜੀ ਵੱਡੀ ਅਚੀਵਮੈਂਟ ਆ ਔਰ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਪੰਜਾਬ ਦੇ ਪੰਚਾਇਤ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਦੀ ਯੋਗ ਅਗਵਾਈ ਦੇ ਵਿੱਚ ਜੋ ਉਹਨਾਂ ਨੇ ਕਿਹਾ ਸੀਗਾ ਕਿ ਇਮਾਨਦਾਰੀ ਦੇ ਨਾਲ ਔਰ ਪਾਰਦਰਸ਼ਤਾ ਦੇ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਔਰ ਮੈਨੂੰ ਮਾਣ ਵੀ ਹੈ ਕਿ ਅਸੀਂ ਜਿਹੜੀ ਸਾਡਾ ਇਹ ਬਲਾਕ ਸੰਮਤੀ ਦਾ ਜਿਹੜਾ ਪ੍ਰਸ਼ਾਸਨ ਹੈ ਇੱਥੋਂ ਦਾ ਸਾਰਾ, ਜਿੰਨੇ ਵੀ ਇੱਥੋਂ ਵੀਡੀਓ ਸਾਹਿਬ ਨੇ ਜਾਂ ਸੈਕਟਰੀ ਸਾਹਿਬਾਨ ਹੈ ਜਾਂ ਜਿੰਨੇ ਵੀ ਜਈ ਸਾਹਿਬਾਨ ਔਰ ਜਿੰਨਾ ਵੀ ਸਾਰਾ ਇੱਥੇ ਅਮਲਾ ਹੈ ਔਰ 1 ਸਾਲ ਦੀ ਜਿਹੜੀ ਟਨਿਓਰ ਸਾਡੀ ਇਹਨਾਂ ਦੇ ਨਾਲ ਗੁਜ਼ਰੀ ਹੈ ਔਰ ਪੂਰੀ ਇਮਾਨਦਾਰੀ ਨਾਲ ਔਰ ਕਿਸੇ ਵੀ ਸਰਪੰਚ ਕੋਲੋਂ ਕੋਈ ਸਰਪੰਚ ਬਾਂਹ ਖੜੀ ਕਰਕੇ ਦੱਸ ਦੇ ਜਾਂ ਕੋਈ ਮੈਂਬਰ ਪੰਚਾਇਤ ਬਾਂਹ ਖੜੀ ਕਰਕੇ ਦੱਸ ਦੇ ਜਾਂ ਕੋਈ ਹੋਰ ਇਨਸਾਨ ਬਾਂਹ ਖੜੀ ਕਰਕੇ ਦੱਸ ਦੇ ਕਿ ਸਾਡੇ ਕੋਲੋਂ ਇਹ ਜਿਹੜੇ ਪੈਸਿਆਂ ਦਾ ਲੈਣ ਦੇਣ ਕਿਸੇ ਨੇ ਕੀਤਾ ਔਰ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਯਤਨ ਕੀਤਾ। ਔਰ ਇਸ ਤੋਂ ਪਹਿਲਾਂ ਜਿਹੜੀ ਪਿਛਲੇ ਮਹੀਨੇ ਬੋਲੀ ਹੋਈ ਸੀ ਸਾਈਕਲ ਸਟੈਂਡ, ਉਹਦੇ ਵਿੱਚ ਤੁਸੀਂ ਦੇਖ ਲਓ ਪਿਛਲੇ ਸਾਲ ਜਦੋਂ ਬੋਲੀ ਹੋਈ ਸੀ 13 ਲੱਖ ਤੋਂ 27 ਲੱਖ ਹੋਈ ਸੀ ਉਹਦੀ ਔਰ ਹੁਣ ਜਿਹੜੀ ਬੋਲੀ ਹੋਈ ਹੈ 27 ਲੱਖ ਤੋਂ 40 ਲੱਖ, ਤਕਰੀਬਨ 27 ਲੱਖ ਦਾ ਵਾਧਾ ਇਹ ਸਾਲ ਦੇ ਵਿੱਚ ਸਾਡੀ ਸਾਈਕਲ ਸਟੈਂਡ ਦੀ ਬੋਲੀ ਦੇ ਵਿੱਚ ਹੋਇਆ। ਸੋ ਇਹ ਵੀ ਬੜੀ ਵੱਡੀ ਅਚੀਵਮੈਂਟ ਹੈ ਔਰ ਅਜੇ 1 ਸਾਲ ਸਰਕਾਰ ਬਣਿਆ ਨਾ, 1 ਸਾਲ ਦੇ ਵਿੱਚ ਅਸੀਂ 74 ਲੱਖ ਰੁਪਇਆ ਸਰਕਾਰ ਨੂੰ ਇਨਕਮ ਵੱਧ ਕਰਵਾ ਕੇ ਔਰ ਸਰਕਾਰ ਦੇ ਖਜ਼ਾਨੇ ਨੂੰ ਭਰਨ ਦਾ ਯਤਨ ਕੀਤਾ ਔਰ ਇਹ ਪੈਸਿਆਂ ਦੇ ਨਾਲ ਜਿੱਥੇ ਪਿੰਡਾਂ ਦੀ ਡਿਵੈਲਪਮੈਂਟ ਹੋਣੀ ਹੈ, ਆਪਣੇ ਹੋਰ ਜਿਹੜੇ ਪ੍ਰੋਜੈਕਟ ਅਸੀਂ ਸੋਚੇ ਹੋਏ ਨੇ ਆਪਣੇ ਪਿੰਡਾਂ ਦੇ ਵਿੱਚ ਉਹ ਪੂਰੇ ਹੋਣੇ ਆ, ਕਹਿਣ ਤੋਂ ਭਾਵ ਆ ਕਿ ਇਮਾਨਦਾਰੀ ਨਾਲ ਜਿਹੜੇ ਜੋ ਪਹਿਲਾਂ ਨੈਕਸਸ ਚੱਲਦਾ ਰਿਹਾ ਉਹਨੂੰ ਦੂਰ ਕਰਨ ਦਾ ਯਤਨ ਕੀਤਾ ਔਰ ਜੋ ਜਿੱਥੇ ਗੁੰਡਾ ਟਾਈਪ ਲੋਕ ਸੀਗੇ ਜਾਂ ਕੋਈ ਪੁਰਾਣੇ ਅਨਸਰ ਸੀਗੇ ਇੱਥੋਂ, ਉਹਨਾਂ ਨੂੰ ਇੱਥੋਂ ਅਸੀਂ ਕੱਢਣ ਦਾ ਯਤਨ ਕੀਤਾ। ਇਸ ਤੋਂ ਇਲਾਵਾ ਜਿਹੜੀ ਤਲਵਾੜੇ ਦੀ ਵੀ ਮੈਨੂੰ ਲੱਗਦਾ ਇਤਿਹਾਸ ਰਚਿਆ ਗਿਆ ਇਸ ਵਾਰ ਪਹਿਲੀ ਵਾਰੀ, ਨਹੀਂ ਤਾਂ ਤਲਵਾੜੇ ਦੇ ਵਿੱਚ ਅੱਜ ਤੱਕ ਕਦੀ ਸਾਈਕਲ ਸਟੈਂਡ ਦੀ, ਬੱਸ ਸਟੈਂਡ ਦੀ ਬੋਲੀ ਨਹੀਂ ਹੋਈ ਅੱਜ ਤੱਕ ਔਰ ਮੈਨੂੰ ਲੱਗਦਾ ਕਿ ਜਦੋਂ ਦਾ 50-60 ਸਾਲ ਤੋਂ ਬਾਅਦ ਜਾ ਕੇ ਉਹ ਉੱਥੇ ਬੋਲੀ ਹੋਈ ਹੈ ਔਰ ਸਾਰੀਆਂ ਸਹੂਲਤਾਂ ਉਹਨਾਂ ਲੋਕਾਂ ਨੂੰ ਉੱਥੇ
ਦਿੱਤੀਆਂ ਜਾ ਰਹੀਆਂ ਔਰ ਇੱਥੇ ਵੀ ਜਿਹੜੀ ਬੱਸ ਸਟੈਂਡ 'ਤੇ ਜੋ ਬੀ ਡੀ ਓ ਸਾਹਿਬ ਵੱਲੋਂ ਹਦਾਇਤਾਂ ਨੇ ਸਾਰੀਆਂ ਫੁੱਲਫਿਲ ਕਰਾਂਗੇ ਔਰ ਜਿਹੜੀਆਂ ਉੱਥੇ ਸ਼ਰਤਾਂ ਹੋਣਗੀਆਂ ਉਹ ਠੇਕੇਦਾਰ ਦੇ ਕੋਲੋਂ ਆਪਾਂ ਪੂਰੀਆਂ ਕਰਵਾਵਾਂਗੇ ਔਰ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਆਪਾਂ ਨਹੀਂ ਆਉਣ ਦਿੱਤੀ ਜਾਵੇਗੀ ਔਰ ਮੈਨੂੰ ਬੜੀ ਮਾਣ ਆ ਕਿ ਆਪਾਂ ਇੱਕ ਜਿਹੜੀ ਸਰਕਾਰ ਲੋਕਾਂ ਨੇ ਆਮ ਲੋਕਾਂ ਨੇ ਚੁਣੀ ਸੀਗੀ ਕਿ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਅੱਗੇ ਕਰਕੇ ਇਮਾਨਦਾਰ ਸਰਕਾਰ ਚੁਣੀ ਸੀ ਉਹਦਾ ਇੱਕ ਇੱਕ ਫਸਟ ਜਿਹੜਾ ਪਹਿਲੂ ਆ ਉਹ ਲੋਕਾਂ ਦੇ ਸਾਹਮਣੇ ਲਿਆਂਦਾ ਆ ਔਰ ਲੋਕਾਂ ਦੀ ਜਿਹੜੀ ਲੁੱਟ ਘਸੁੱਟ ਹੋ ਰਹੀ ਸੀ ਇਹਦੇ ਨਾਲ ਜੋ ਜਿਹੜੇ ਠੇਕੇਦਾਰ ਪੁਰਾਣੇ ਲੁੱਟ ਘਸੁੱਟ ਕਰਦੇ ਸੀਗੇ ਜਾਂ ਜਿਹੜੇ ਕੋਈ ਸੰਮਤੀ ਦੇ ਮੈਂਬਰ ਜਾਂ ਜਿਹੜੇ ਕੋਈ ਚੇਅਰਮੈਨ ਵਿੱਚ ਰਲੇ ਹੋਏ ਸੀਗੇ ਨਾਲ ਉਹਨਾਂ ਦੇ ਔਰ ਜਿਹੜੀ ਲੁੱਟ ਘਸੁੱਟ ਹੁੰਦੀ ਸੀ ਉਹਨਾਂ ਦਾ ਫਾਇਦਾ ਸਰਕਾਰ ਨੂੰ ਨਹੀਂ ਹੁੰਦਾ ਸੀ ਔਰ ਫਾਇਦਾ ਜਿਹੜਾ ਪੋਲੀਟੀਕਲ ਲੋਕਾਂ ਨੂੰ ਹੁੰਦਾ ਸੀ ਇਹ ਪਹਿਲੀ ਵਾਰੀ ਹੋਊਗਾ ਕਿ ਸਰਕਾਰ ਨੂੰ ਜਿਹੜੇ ਪੈਸੇ ਵੱਧ ਆ ਰਹੇ ਆ ਔਰ ਸਰਕਾਰ ਦੇ ਦਫ਼ਤਰਾਂ ਦੇ ਵਿੱਚ ਜਿਹੜੇ ਖਜ਼ਾਨੇ ਖਾਲੀ ਦਾ ਰੌਲਾ ਪਾਉਂਦੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਪਾਉਂਦੀਆਂ ਰਹੀਆਂ ਔਰ ਖਜ਼ਾਨੇ ਨੂੰ ਅਸੀਂ ਪੂਰਾ ਭਰ ਕੇ ਇੱਥੋਂ ਜਾਵਾਂਗੇ ਕੀ ਕਾਰਨ ਰਿਹਾ ਕਿ ਜਿਹੜੀਆਂ ਪਿਛਲੀਆਂ ਬੋਲੀਆਂ ਦੇ ਵਿੱਚ ਰੇਟ ਘੱਟ ਨਾ ਕਰਨ ਦੇਖ ਲਓ ਜੀ 2018-19 'ਚ ਬੋਲੀ ਨਹੀਂ ਹੋਈ 2019-20 ਦੇ ਵਿੱਚ ਬੋਲੀ ਨਹੀਂ ਹੋਈ 2020-21 ਦੇ ਵਿੱਚ ਬੋਲੀ ਹੋਈ ਔਰ 21-22 ਔਰ 22-23 ਦੇ ਵਿੱਚ 5% ਵਾਧੇ ਨਾਲ ਆਪ ਇਹਨਾਂ ਨੇ ਮਤੇ ਪਾਏ ਹੋਏ ਕਿ 5% ਵਾਧੇ 'ਤੇ ਉਹੀ ਠੇਕੇਦਾਰ ਨੂੰ ਦੁਬਾਰਾ ਜਿਹੜਾ ਚਹੇਤਿਆ ਠੇਕੇਦਾਰ ਸੀਗਾ ਇਹਨਾਂ ਦਾ ਉਹਨੂੰ ਦੁਬਾਰਾ ਇਹਨਾਂ ਨੇ ਬੋਲੀ ਦਿੱਤੀ ਹੈ ਔਰ ਇਸ ਵਾਰ ਵੀ ਬਹੁਤ ਜੱਦੋ ਜਹਿਦ ਕਰਨੀ ਪਈ ਸਾਨੂੰ ਪਹਿਲਾਂ ਹਾਈਕੋਰਟ ਦੇ ਵਿੱਚ ਕੇਸ ਕੀਤਾ ਬਲੋਕ ਦੇ ਉੱਤੇ ਉਹ ਸਾਡੇ ਡਿਪਾਰਟਮੈਂਟ ਨੇ ਬੜੀ ਮਿਹਨਤ ਨਾਲ ਲੜਿਆ ਔਰ ਉਹਨੇ ਜਦੋਂ ਉਹਨੂੰ ਹਾਰ ਦਿਖੀ ਆ ਉਹਨੇ ਉਹ ਕੇਸ ਵਾਪਸ ਲਿਆ ਉਸ ਤੋਂ ਬਾਅਦ ਉਹਨੇ ਸਿਵਲ ਕੋਰਟ ਦੇ ਵਿੱਚ ਸਟੇਅ ਲਿਆ ਉੱਥੇ ਸਾਡੇ ਡਿਪਾਰਟਮੈਂਟ ਨੇ ਬੜੀ ਮਿਹਨਤ ਕਰਕੇ ਵਕੀਲ ਕਰਕੇ ਸਾਡਾ ਖਰਚਾ ਨਜਾਇਜ਼ ਕਰਵਾਇਆ ਉੱਥੇ ਉੱਥੇ ਸਟੇਅ ਆਪਾਂ ਉਹਨਾਂ ਦਾ ਬ੍ਰੇਕ ਕਰਵਾਇਆ ਫਿਰ ਉਹਨੇ ਹਾਈ ਸੈਸ਼ਨ ਕੋਰਟ ਦੇ ਵਿੱਚ ਅਪੀਲ ਕੀਤੀ ਹੈ ਉਹੀ ਠੇਕੇਦਾਰ ਨੇ ਉਹ ਆਪਾਂ ਹੁਣ ਅਪੀਲ ਖਾਰਜ ਹੋਣ ਤੋਂ ਬਾਅਦ ਗੱਲ ਬੋਲੀ ਹੋਈ ਹੈ ਕਹਿਣ ਤੋਂ ਭਾਵ ਆ ਕਿ ਬੜੀ ਜੱਦੋਜਹਿਦ ਕਰਨੀ ਪਈ ਆ ਉਹ ਜਿਹੜੇ ਨੈਕਸਸ ਆ ਉਹ ਕੋਈ ਡੂੰਘੀਆਂ ਜੜ੍ਹਾਂ ਵਾਲੇ ਨੈਕਸਸ ਆ ਉੱਪਰ ਤੱਕ ਰਲੇ ਹੋਏ ਆ ਲੋਕ ਉਹਨਾਂ ਦੇ ਨਾਲ ਸੋ ਇਹ ਪਹਿਲੀ ਵਾਰੀ ਹੋਇਆ ਕਿ ਇਮਾਨਦਾਰੀ ਨਾਲ ਬੋਲੀ ਹੋਈ ਆ ਮੈਂ ਬੀ ਡੀ ਓ ਸਾਹਿਬ ਦਾ ਜਿੱਥੇ ਧੰਨਵਾਦ ਕਰਦਾ ਇਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਵਕੀਲ ਸਾਹਿਬਾਨ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹ ਬੋਲੀ ਨੂੰ ਕਰਾਉਣ ਵਾਸਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਪਿਛਲੀ ਸਰਕਾਰ ਦਾ ਤੇ ਮੌਜੂਦਾ ਜਿਹੜੇ ਪਿਛਲੇ ਵਿਧਾਇਕ ਸੀਗੇ ਉਹਨਾਂ ਦਾ ਕਿੰਨਾ ਰੋਲ ਸਮਝਦੇ ਤੁਸੀਂ ਇਹ ਸਾਰਾ ਸਰਕਾਰਾਂ ਦਾ ਹੀ ਰੋਲ ਆ ਜੀ ਜੇ ਹੁਣ ਸਰਕਾਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਜੇ 74 ਲੱਖ ਰੁਪਈਆ ਆਮਦਨ ਹੋ ਰਹੀ ਆ ਸਰਕਾਰ ਨੂੰ ਤੇ ਸਰਕਾਰ ਦੇ ਹੀ ਜੇ ਆਮਦਨ ਹੋਈ ਤਾਂ ਉਹ ਵੀ ਸਾਡੀ ਜ਼ਿੰਮੇਵਾਰੀ ਹੈ ਤੇ ਜੇ ਆਮਦਨ ਨਹੀਂ ਹੋ ਰਹੀ ਸੀ ਉਹ ਵੀ ਸਰਕਾਰਾਂ ਦੀ ਜ਼ਿੰਮੇਵਾਰੀ ਸੀਗੀ ਸੋ ਜੇ ਉਹਨਾਂ ਦੇ ਤੁਹਾਨੂੰ ਦੱਸ ਰਹੇ ਹਾਂ ਕਿ ਜੋ ਨਲਾਇਕੀਆਂ ਹੋਈਆਂ ਨੇ ਰੋਲ ਤਾਂ ਆਪਣੇ ਆਪ ਵੀ ਕਲੀਅਰ ਉਹਨਾਂ ਨੇ ਪੈਰਵਾਈ ਨਹੀਂ ਕੀਤੀ ਆਪਣੇ ਅਫਸਰਾਂ ਦੀ ਜਾਂ ਜਿਹੜੇ ਥੱਲੇ ਡਿਪਾਰਟਮੈਂਟ ਦੇ ਵਿੱਚ ਜਾਂ ਠੇਕੇਦਾਰਾਂ ਦੀ ਪੈਰਵਾਈ ਨਹੀਂ ਕੀਤੀ ਕਿ ਉਹ ਕਰਦੇ ਕੀ ਪਏ ਆ ਇਹ ਤੋਂ ਸਿੱਧਾ ਸਿੱਧ ਹੁੰਦਾ ਕਿ ਉਹਨਾਂ ਦਾ ਵਿੱਚ ਵਿੱਚ ਕਿਤੇ ਨਾ ਕਿਤੇ ਸਾਰੇ ਉਹਨਾਂ ਦੇ ਚਹੇਤਿਆਂ ਦਾ ਰੋਲ ਜ਼ਰੂਰ ਹੋ ਸਕਦਾ ਜੀ ਸਾਹਿਬ ਇੱਕ ਹੋਰ ਕਿਹਾ ਜਾ ਰਿਹਾ ਕਿ ਪਰਚੀ ਵਿੱਚ ਵੀ ਵਾਧਾ ਕੀਤਾ ਗਿਆ ਜਿਹੜੀ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ